ਸਾਹਿਬ ਜੀ ਕਾਲ ਜੀ ਅੱਜ ਆਪਾਂ ਗੱਲ ਕਰਦੇ ਹਾਂ ਸਦੀਆਂ ਤੋਂ ਰੋਜ਼ਾਨਾ ਖਾਣਾ ਚੁੱਲ੍ਹੇ ਚੋਂ ਕੇ ਜੋ ਦੋ ਟਾਈਮ ਸਵੇਰੇ ਸ਼ਾਮ ਬਣਾਇਆ ਤੇ ਖਾਦਾ ਜਾਂਦਾ ਸੀ ਦੋਨੋਂ ਟਾਈਮਸ ਆਬ ਲੋਕ ਚੁੱਲ੍ਹੇ ਅੱਗੇ ਬੈਠ ਕੇ ਹੀ ਖਾਣਾ ਖਾਂਦੇ ਸੀ ਇਉਂ ਉਹਨਾਂ ਦੇ ਗਿੱਟੇ ਗੋਡੇ ਅਤੇ ਪਿੰਜਰੀਆਂ ਆਦ ਨੂੰ ਅੱਗ ਦੀ ਸਿੱਧੀ ਟਕੋਰ ਹੋ ਜਾਂਦੀ ਸੀ ਇਸ ਨਾਲ ਜੋੜ ਸੋਜ ਥਕਾਵਟ ਖੂਨ ਦੇ ਦੌਰੇ ਸਬੰਦੇ ਨੁਕਸਤੀਕ ਹੁੰਦੇ ਸਨ ਸਰਦੀਆਂ ਚ ਸੌਣ ਤੋਂ ਪਹਿਲਾਂ ਹੀ ਸਰੀਰ ਨੂੰ ਗਰਮਾਈਸ਼ ਮਿਲਣ ਕਾਰਨ ਰਾਤ ਭਰ ਵਸਤੇ ਨਿਗਾਸ ਮਿਲ ਜਾਂਦੀ ਸੀ ਤੇ ਠੰਡ ਤੋਂ ਬਚਾ ਹੁੰਦਾ ਸੀ ਖੰਗ ਚੁਕਾਮ ਸ਼ਿੱਕਾ ਰੇਸ਼ਾ ਆਦ ਦੇ ਨੁਕਸ ਨਹੀਂ ਬੰਦੇ ਸੀ ਇਕੱਠੇ ਬੈਠ ਕੇ ਖਾਣਾ ਆਪਸੀ ਮੋ ਪਿਆਰ ਬਣਿਆ ਰਹਿੰਦਾ ਸੀ ਨਿੱਕਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿੱਖਣ ਦਾ ਮੌਕਾ ਮਿਲਦਾ ਸੀ ਤੇ ਵੱਡਿਆਂ ਨੂੰ ਨਿੱਕਿਆਂ ਬਾਰੇ ਜਾਣਕਾਰੀ ਮਿਲਦੀ ਸੀ ਪੀੜੀ ਤੇ ਬੈਠ ਕੇ ਖਾਣ ਕਰਨ ਪ੍ਰੋਸਟਾਟਿਟਿਸ ਦਾ ਨੁਕਸ ਨਹੀਂ ਬੰਦਾ ਸੀ ਤੇ ਲੋਅਰ ਬੈਕ ਵੀ ਨਹੀਂ ਰਹਿੰਦੀ ਸੀ ਪੈਰਾਂ ਤੇ ਸੋਚ ਅੱਡੀਆਂ ਦਰਦ ਪੇਟ ਭਾਰੀਪਨ ਆਦੋ ਵੀ ਬਚਾ ਹੁੰਦਾ ਸੀ